ਜ਼ੋਰਦਾਰ ਤਾੜੀਆਂ, ਜ਼ੋਰਦਾਰ ਤਾੜੀਆਂ ਸੀ ਗੱਭਰੂ ਨੌਜਵਾਨ ਦੇ ਲਈ। ਹਾਂਜੀ, 2000 ਰੁਪਈਆ ਤੇ ਇੱਕ ਮੁੰਡੀ ਲੱਗ ਚੁੱਕੀ ਅੱਜ ਦੀ ਝੰਡੀ ਦੇ। ਇੱਧਰੋਂ 1500 ਰੁਪਈਆ ਹੋ ਚੁੱਕਿਆ। ਉਧਰ ਜੱਸਾ ਗਿਆ, ਜੱਸਾ ਪੱਟੀ ਕੁਸ਼ਤੀ ਜਿੱਤ ਗਿਆ ਇੱਕ ਵਾਰੀ। ਜ਼ੋਰਦਾਰ ਇੰਨਾ ਸਮਾਂ ਕੱਢ ਰਹੇ ਨੇ ਅਤੇ ਹਨੇਰਾ ਕਰ ਰਹੇ ਨੇ, ਕੋਈ ਪਰਵਾਹ ਨਹੀਂ ਹੈਗੀ ਹਨੇਰੇ ਦੀ। ਹਾਂਜੀ, 2000 ਰੁਪਈਆ ਤੇ ਇੱਕ ਮੁੰਡੀ ਲੱਗ ਚੁੱਕੀ ਅੱਜ ਦੀ ਝੰਡੀ ਦੇ। ਇੱਧਰੋਂ 1500 ਰੁਪਈਆ ਹੋ ਚੁੱਕਿਆ। ਉਧਰ ਜੱਸਾ ਗਿਆ, ਜੱਸਾ ਪੱਟੀ ਕੁਸ਼ਤੀ ਜਿੱਤ ਗਿਆ। ਵਸਦਾ ਹੱਸਦਾ ਖੇਡ ਨਾ ਰਹੇ ਪੰਜਾਬ, ਟੱਤੀ ਮਾਂ ਨਾ ਲੱਗੇ। ਪੰਜਾਬ ਦੀ ਧਰਤੀ ਹੈ, ਖੇਡ ਮੇਲਿਆਂ ਦੀ ਧਰਤੀ ਹੈ। ਉਧਰ ਕਸ਼ਮੀਰ ਸਿੰਘ ਜੀ ਦੁਰਗਾਪੁਰ ਹੈ, ਉਹ ਵੀ ਸਾਡੇ ਸਿੰਘ ਮੇਲੇ 'ਚ ਆਇਆ। ਅਮਰੀਕ ਜੈਨਪੁਰੀਆ, ਉਹ ਵੀ ਖੇਡ ਮੇਲਿਆਂ ਦਾ ਆਨੰਦ ਮਾਣ ਰਿਹਾ। ਨਾਲ ਹੀ ਨਿਗਾਹ ਮਾਰੀਏ ਦਿਲਾਵਰ ਸਿੰਘ ਜੀ ਦਿੱਲੀ ਰਾਣੇ ਵਾਲੇ ਟੱਪਣੀਆਂ। ਪੰਜ ਮਹੀਨਿਆਂ ਦੇ ਵੀਕ ਕਰਨ ਤੋਂ ਬਾਅਦ ਕਮੇਟੀ ਨੇ ਫੈਸਲਾ ਲਿਆ ਕਿ ਛੋਟਾ ਸੋਨੂੰ ਦਿੱਲੀ ਆਇਆ ਹੋਇਆ ਸੀ, ਉਹਦੇ ਨਾਲ ਕੁਸ਼ਤੀ ਕਰਾਈ ਜਾਵੇ। ਸੋ ਮੈਂ ਜਿੰਨੀਆਂ ਵੀ ਕਮੇਟੀਆਂ ਇੱਥੇ ਬੈਠੀਆਂ, ਉੱਪਰੋਂ ਅਨਾਊਂਸਰ ਮਾਸਟਰ ਪਰਮਜੀਤ ਸਿੰਘ ਜੀ ਪਲਵਾਨੀ ਕਰਨੀ ਭਗਤੀ ਹੈ, ਮਾਵਾਂ ਦੇ ਬਲੀ ਪੁੱਤ ਬੱਬਰ ਸ਼ੇਰਾਂ ਦੇ ਭੇੜ ਹੈ। ਆਹ ਦੇਖੋ ਸਾਹਮਣੇ ਕੁਸ਼ਤੀ ਦਾ ਰੰਗ ਦੇਖੋ, ਇਸ ਸਮੇਂ ਫਸਵਾਂ ਮੁਕਾਬਲਾ ਦੋਨਾਂ ਪਹਿਲਵਾਨਾਂ ਦਾ, ਕੁਸ਼ਤੀ ਆਰ ਪਾਰ ਦੀ ਹੋਣੀ ਹੈ। ਸਰਦਾਰ ਗੁਰਮੀਤ ਸਿੰਘ ਜੀ ਪਾਊ, ਸਰਦਾਰ ਸੁੱਚਾ ਸਿੰਘ ਜੀ ਅਮਰੀਕਾ ਵਾਲੇ, ਅਸੀਂ ਧੰਨਵਾਦ ਕਰਦੇ ਕਿ ਅਗਲੇ ਸਾਲ ਆ ਮਾਰੇ ਤਾਣੀਆਂ ਕਹਿੰਦੇ ਜੱਸਾ ਪੱਟੀ ਪਹਿਲਵਾਨ ਨੇ ਕੁਸ਼ਤੀ ਜਿਹੜੀ ਜਿੱਤ ਲਈ ਹੈ। ਬੱਲੇ ਬੱਲੇ ਕਰਾਟੀਆਂ ਦੋਨਾਂ ਮੈਦਾਨ ਵਿੱਚ ਦੇਖਾਂਗੇ ਕੁਸ਼ਤੀ, ਇੱਕ ਪਾਸੇ ਬਿਣੀਆ ਤੇ ਦੂਜੇ ਪਾਸੇ ਜੱਸਾ। ਬੱਲੇ 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 ਜੱਸਾ ਜੇ ਤੂੰ ਰਿਹਾ, ਉਹ ਜੱਸਾ ਜਿੱਤ ਗਿਆ, ਉਹ ਜੇ ਜੱਸਾ ਜਿੱਤ ਗਿਆ ਤੇ ਤਾੜੀ